ਮੈਂ ਯਾਰ ਨਿੱਕਾ ਜਿਹਾ ਹੁੰਦਾ ਸੀਗਾ, ਮੰਮੀ ਵਿਚਾਰੇ ਪਾਪਾ ਨਾਲ ਜਾਂਦੇ ਹੁੰਦੇ ਏਸੀ ਵਗੈਰਾ ਘਰ ਦਾ ਸਮਾਨ ਲੈਣ, ਹੁਣ ਮੰਮੀ ਕਹਿੰਦੇ ਤੂੰ ਵੱਡਾ ਹੋ ਗਿਆ ਵਾ ਹੁਣ ਤੂੰ ਡੀਲ ਕਰ ਸਕਦਾ। ਮੈਂ ਹਾਂਜੀ ਕਰ ਸਕਦਾ ਵਾਂ। ਫਰਿੱਜ ਵੇਚਦੇ ਪਏ ਤੁਹਾਨੂੰ ਪਤਾ, ਡਬਲ ਡੋਰ ਵਾਲਾ ਫਰਿੱਜ ਚੰਡੀਗੜ੍ਹ ਲੈਣਾ ਸੀ ਮੈਂ, ਲੈ ਲੈਣਾ ਸੀਗਾ ਜੇ ਕੁਛ। ਤੈਨੂੰ ਤੂੰ ਏਸੀ 'ਚ ਪੈਣਾ, ਦੱਸ ਤੂੰ ਪੈਣਾ ਏਸੀ 'ਚ? ਕਹਿੰਦਾ ਹਾਂ, ਬਹੁਤ ਕੁਛ ਬੋਲਦਾ ਹੁੰਦਾ ਵਾ, ਬਹੁਤ ਰਿਪਲਾਈ ਪਾਉਂਦਾ ਹੁੰਦਾ। ਪਰ ਯਾਰ ਯਾਦਾਂ ਆਉਂਦੀਆਂ ਨੇ। ਹਾਂਜੀ ਮਿੱਤਰੋ, ਕਿੱਦਾਂ ਠੀਕ ਜੇ ਸਾਰੇ ਜਣੇ? ਅਤੇ ਅੱਜ ਦਾ ਵਲੋਗ ਤੁਹਾਡੇ ਸਭ ਨਾਲ ਮੈਂ ਸ਼ੇਅਰ ਕਰਨ ਜਾ ਰਿਹਾ ਵਾਂ। ਮੈਂ ਤਾਂ ਯਾਰ ਬਾਹਰ ਗਿਆ ਤਾ ਸੀਗਾ, ਤਾਂ ਮੈਨੂੰ ਮੰਮੀ ਨੇ ਚੇਤਾ ਕਰਾ ਦਿੱਤਾ ਕਿ ਅੱਜ ਏਸੀ ਲੈਣ ਜਾਣਾ ਵਾ, ਅਤੇ ਹੁਣ ਮੈਂ ਮੰਮੀ ਦੇ ਨਾਲ ਚੱਲਾਂ ਏਸੀ ਦਾ ਪਤਾ, ਮਤਲਬ ਲੈਣ ਚੱਲੇ ਹਾਂ ਕਿ ਪਤਾ ਕਰਨ ਚੱਲੇ ਹਾਂ, ਮੈਂ ਪੁੱਛ ਲਈਏ ਪਹਿਲੇ ਹੀ। ਹੈਂ, ਲੈਣ ਹੀ ਜਾਣਾ ਨਾ, ਅਤੇ ਹੋਰ ਮੈਂ ਕਿਹਾ ਉੱਥੇ ਚੱਲ ਜਾਈਏ, ਪਤਾ ਲੱਗੇ ਪਤਾ ਕਰਨ ਚੱਲੇ ਹਾਂ। ਅਤੇ ਮੈਂ ਕਿਹਾ ਚਲੋ ਵੇਸਟ ਮਨੀ ਬਹੁਤ ਕਰ ਲਈ ਫਾਲਤੂ ਕੰਮਾਂ 'ਚ, ਹੁਣ ਆ ਜਗ੍ਹਾ ਹੀ ਭਰਦੀ ਹੈ ਆਪਣੀ ਵਿਚਾਰੀ। ਉਹ ਵੇਖੋ ਹਲੇ ਤੱਕ ਛਾਪਾ ਪਿਆ ਏਸੀ ਦਾ, ਇੱਥੇ ਲਵਾਉਣਾ ਆਪਾਂ ਏਸੀ, ਉਹ ਆਪਣਾ ਲੱਗਾ ਤਾ ਮੋਲੇ ਕਾਇਆ ਤਾ। ਅਤੇ ਇਹ ਮਹਾਨ ਹਸਤੀ ਹਮੇਸ਼ਾ 24 hours ਫੋਨ 'ਤੇ ਲੱਗਿਆ ਰਹਿੰਦਾ, ਠੀਕ ਹੈ? ਅਤੇ ਮੈਂ ਤਾਂ ਮੰਮੀ ਏਸੀ ਲੈਣ ਚੱਲੇ ਹਾਂ, ਅਤੇ ਬਸ ਚੱਲੇ ਮੈਂ ਤਾਂ ਮੰਮੀ। ਮਾਸੀ ਵੀ ਆਏ ਹੋਏ ਆ, ਠੀਕ ਹੈ? ਤੁਸੀਂ ਕੀ ਕਰਨ ਦੇ ਜੇ? ਚਾਏ ਬਣਾ ਰਹੀ ਹੂੰ। ਸਬਜ਼ੀ ਕੀ ਬਣਾਈ ਹੈ? ਮਟਰ ਪਨੀਰ। ਰੋਟੀ ਨਹੀਂ ਖਾਦੇ? ਪਨੀਰ ਲੈ, ਪਰ ਹੁਣ ਟਾਈਮ ਇੱਥੇ ਪਨੀਰ ਹੀ ਬਣਦਾ ਵਾ। ਹੈਂ, ਚਲੋ ਕੋਈ ਚੱਕਰ ਨਹੀਂ। ਅਤੇ ਹਾਂਜੀ ਪੀਜ਼ਾ, ਚਲੋ ਵੇਖਦੇ ਹਾਂ। ਅਤੇ ਬਾਕੀ ਵਲੋਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਅਤੇ ਚੈਨਲ ਸਬਸਕ੍ਰਾਈਬ ਕਰ ਦਿਓ। ਚਲੀਏ, ਮੈਂ ਤਾਂ ਮੰਮੀ ਚੱਲੇ ਹਾਂ। ਮੈਂ ਯਾਰ ਨਿੱਕਾ ਜਿਹਾ ਹੁੰਦਾ ਸੀਗਾ, ਮੰਮੀ ਵਿਚਾਰੇ ਪਾਪਾ ਨਾਲ ਜਾਂਦੇ ਹੁੰਦੇ ਏਸੀ ਵਗੈਰਾ ਘਰ ਦਾ ਸਮਾਨ ਲੈਣ, ਹੁਣ ਮੰਮੀ ਕਹਿੰਦੇ ਤੂੰ ਵੱਡਾ ਹੋ ਗਿਆ ਵਾ ਹੁਣ ਤੂੰ ਡੀਲ ਕਰ ਸਕਦਾ। ਮੈਂ ਹਾਂਜੀ ਕਰ ਸਕਦਾ ਵਾਂ, ਠੀਕ ਹੈ? ਚਲੀਏ, ਚਲੋ ਆਪਾਂ ਚੱਲੇ ਦੇ, ਬਾਏ ਬਾਏ। ਅਤੇ ਤੁਹਾਨੂੰ ਜਾ ਕੇ ਮਿਲਦੇ ਹਾਂ। ਐਕਟਿਵਾ ਕੱਢ ਲਈ ਆ, ਕੱਢ ਲਈ ਐਕਟਿਵਾ। ਮੈਨੂੰ ਯਾਰ ਐਡੀ ਸ਼ਰਮ ਆਉਂਦੀ ਨਾ ਐਕਟਿਵਾ ਚਲਾਉਣ 'ਚ, ਹੁਣ ਜਲਦੀ ਜਲਦੀ ਮੈਂ ਬੁਲਟ ਲੈ ਲੈਣਾ, ਸੂਨ ਬੁਲਟ ਜਾਂ ਸਪਲੈਂਡਰ ਲੈ ਲੈਣਾ ਆਪਾਂ, ਫਿਰ ਆਪਾਂ ਗੱਡੀ ਲੈ ਲੈਣੀ ਹੈ, ਹੈ ਨਾ? ਗੱਡੀ ਲੈ ਲੈਣੀ ਨਾ ਆਪਾਂ, ਪਹਿਲੇ ਮੋਟਰਸਾਈਕਲ ਲੈਣਾ ਆਪਾਂ। ਚਲੀਏ, ਚੱਲੇ ਜੀ ਆਪਾਂ, ਬਾਏ ਬਾਏ। 3 minutes later. ਡੇਟਨ 5 ਸਾਲ ਦੇ ਵਿੱਚ ਹੈ, 5 ਦੇ ਵਿੱਚ ਹੈ। ਇਹਦੀ ਤੁਹਾਨੂੰ ਜਿਹੜੀ ਵਾਰੰਟੀ ਗਰੰਟੀ ਹੈਗੀ 12 ਸਾਲ ਦੀ, ਕੰਪਰੈਸਰ ਦੀ ਵਾਰੰਟੀ ਮਿਲ ਜਾਏਗੀ, 5 ਸਾਲ ਇਹਦੇ PCB ਔਰ ਇਹਦੀ ਫੈਨ ਮੋਟਰ ਦੀ ਵਾਰੰਟੀ ਮਿਲ ਜਾਏਗੀ, 1 ਸਾਲ ਦੀ ਕੰਪਲੀਟ ਵਾਰੰਟੀ ਮਿਲ ਜਾਏਗੀ ਤੁਹਾਨੂੰ ਇਹ 5 ਸਾਲ ਦੇ ਵਿੱਚ। ਇੱਕ ਹੈ ਇਹਦੇ 'ਚ, ਇਹ ਮੋਡਲ ਆਇਆ ਹੋਟ ਐਂਡ ਕੂਲ ਦੇ ਵਿੱਚ, ਇਨਵਰਟਰ AC ਹੈ, ਇਹ 3-star ਰੇਟਿੰਗ 'ਚ ਹੈ। ਇਹਦੇ 'ਚ ਇੱਕ ਇਹ ਮੋਡਲ ਆ ਰਿਹਾ ਸਾਡੇ ਕੋਲ ਹਾਇਰ ਦਾ, 3-star ਦੇ ਵਿੱਚ ਹੈ। ਇਹਦੀ ਵੀ ਜਿਹੜੀ ਵਾਰੰਟੀ ਹੈ 6 ਸਾਲ ਕੰਪਰੈਸਰ ਦੀ ਹੈ, 5 ਸਾਲ ਕੰਪਰੀਹੈਂਸਿਵ ਵਾਰੰਟੀ ਇਹਦੀ। ਹਾਂਜੀ, ਔਰ ਇਹਦਾ ਇਹ ਬੈਨੀਫਿਟ ਮਿਲ ਜਾਏਗਾ ਕਿ ਇਹਨਾਂ ਦੀ ਹੁਣ ਇਹਦੀ ਸਕੀਮ ਚੱਲਦੀ ਪਈ ਹੈ ਕੰਪਨੀ ਵੱਲੋਂ, ਇਹਦੀ ਇੰਸਟਾਲੇਸ਼ਨ ਵੀ ਫ੍ਰੀ ਹੈ। 10 ਫੁੱਟ ਦੀ ਪਾਈਪ ਮਿਲੇਗੀ ਕਾਪਰ ਦੀ, ਔਰ ਇੰਸਟਾਲੇਸ਼ਨ ਫ੍ਰੀ ਹੋਏਗੀ। ਜੇ ਤੁਸੀਂ 3 ਸਾਲ ਲਓਗੇ ਉਹਦੇ 499 ਰੁਪਏ ਲੱਗਦੇ ਫਿਟਿੰਗ ਦੇ। ਕੋਈ ਹੁੰਦਾ ਨਾ ਵਿੱਚ ਹੀਟਰ ਦਾ ਵੀ ਸਿਸਟਮ ਆ? ਹੀਟਰ ਦਾ ਇਹ ਮੋਡਲ, ਇਹ ਆਲ ਵੈਦਰ ਵਾਲਾ ਮੋਡਲ ਹੈ, ਇਹ ਸਰਦੀਆਂ ਗਰਮ ਹਵਾ ਵੀ ਦੇਗਾ ਅਤੇ ਉਸਾ ਕਰੇਗਾ। ਔਰ ਦੂਸਰਾ ਐਡਵਾਂਟੇਜ ਇਹਦਾ ਇਹ ਹੈ ਕਿ ਹਾਂ, ਇਹਦੇ ਨਾਲ ਵੀ ਤੁਹਾਨੂੰ ਜਿਹੜੀ 10 ਫੁੱਟ ਦੀ ਸਾਈਡ ਕਰਦੇ ਪਏ ਆ, ਇਹ ਹੋਟ ਐਂਡ ਕੋਲਡ ਦਾ, ਇਹ ਇਕੱਲਾ ਕੋਲਡ ਆ। ਦੱਸੋ ਫਿਰ ਕਿੱਦਾਂ ਕਰਨਾ? ਨਾ ਮੈਨੂੰ ਆਹ ਦੋ ਪਸੰਦ ਆਏ, ਇਹਨਾਂ ਦੋਵਾਂ ਪੁੱਛੀਏ ਕੀ ਹਿਸਾਬ ਤਾ? ਇਹ ਵਾਲੇ ਨਹੀਂ ਆ, ਨਿੱਕੇ ਨਿੱਕੇ ਆ, ਆਪਣੀ ਨਾਲ ਇਹ ਜਗ੍ਹਾ ਵੀ ਆਪਣਾ ਪਹਿਲਾਂ ਵੀ ਲੰਬਾ ਜਿਹਾ ਸੀ ਏਸੀ। ਇਹਨਾਂ ਦੋਵਾਂ ਡਿਸਾਈਡ ਕਰਦੇ ਹਾਂ ਆਪਾਂ ਕਿਹੜਾ ਲੈਣਾ ਵਾ। ਚਲਾਓ ਫਿਰ ਪੁੱਛੀਏ। ਫਰਿੱਜ ਵੇਚਦੇ ਪਏ ਆ, ਤੁਹਾਨੂੰ ਪਤਾ ਡਬਲ ਡੋਰ ਵਾਲਾ ਫਰਿੱਜ ਚੰਡੀਗੜ੍ਹ ਲੈਣਾ ਸੀ ਮੈਂ, ਲੈ ਲੈਣਾ ਸੀਗਾ ਜੇ ਕੁਛ ਖਰਾਬ ਨਾ ਹੁੰਦਾ ਤਾਂ। ਇਹ ਲੈ ਲੈਣਾ ਆਪਾਂ ਡਬਲ ਡੋਰ ਵਾਲਾ, ਹੋਰ ਵੇਖੋ ਕੀ ਲੈਣਾ, ਸਾਰੇ ਫਰਿੱਜ ਲੈ ਜਾਣੇ ਘਰੇ ਆਪਾਂ। ਏਸੀ ਪਸੰਦ ਕਰ ਲਿਆ ਆਪਾਂ ਨਾ। A few moments later. ਲਓ ਵੀ ਆਪਾਂ AC ਲੈ ਲਿਆ ਵਾ, ਅਤੇ ਥੋੜ੍ਹੀ ਦੇਰ ਤੱਕ ਆਏ ਨਾ, ਹੈ ਨਾ?
ਤੇ ਕੱਲ ਫਿਟਿੰਗ ਹੋਊਗੀ, ਚੱਲੀਏ ਘਰੇ ਅੱਜ ਫਿਰ ਵਧਾਈਆਂ ਬਣ ਗਈਆਂ, ਹੁਣ ਘਰ ਜਾਏ ਖਾਣੇ ਕੋ, ਬਾਹਰ ਮੈਂ ਕਿਹਾ ਮੇਰੀ ਤਬੀਅਤ ਨਹੀਂ ਠੀਕ, ਆਪਾਂ ਘਰ ਜਾਏ ਕੋ ਖਾਂਦੇ ਹਾਂ, ਚੱਲੀਏ ਚਲੋ ਜੀ ਵਧਾਈਆਂ ਆਉਣ ਲੱਗਾ ਏਸੀ ਫਿਰ ਆਪਾਂ ਆ ਗਏ ਘਰੇ, ਚੁੱਪ ਕਰ ਮੈਂ ਪਤਾ ਮੈਨੂੰ ਪਤਾ ਬੜਾ ਖੁਸ਼ ਹੈ ਏਸੀ ਦੀ ਖੁਸ਼ੀ 'ਚ, ਟਾਈਜ਼ਨ ਹੋਣੀ ਬਹੁਤ ਖੁਸ਼ ਨੇ ਕਿਉਂਕਿ ਉਹ ਕਹਿੰਦਾ ਸਭ ਤੋਂ ਪਹਿਲੇ ਮੈਨੂੰ ਅੰਦਰ ਪਾਉਣਾ ਲੰਮੇ ਏਸੀ ਦੇ, ਠੀਕ ਹੈ ਤੁਸੀਂ ਨਹੀਂ ਪੈਣਾ, ਤੈਨ ਤੂੰ ਏਸੀ 'ਚ ਪੈਣਾ, ਦੱਸ ਤੂੰ ਪੈਣਾ ਏਸੀ 'ਚ, ਕਹਿੰਦਾ ਹਾਂ ਹਾਂ, ਕਹਿੰਦਾ ਮੈਂ ਪੈਣਾ ਏਸੀ 'ਚ, ਉਹ ਮੈਂ ਕਿਹਾ ਤੈਨੂੰ ਪਹਿਲੇ ਨੰਬਰ 'ਤੇ ਏਸੀ 'ਚ ਪਾਊ ਮੈਂ ਲੰਮੇ, ਠੀਕ ਹੈ ਤੂੰ ਹੀ ਪੈ, ਨਾਲ ਨਹੀਂ ਖੜਿਆ, ਤੈਨੂੰ ਪਸੰਦ ਨਹੀਂ ਕਰਾਇਆ, ਕਹਿੰਦਾ ਹਾਂਜੀ ਚੱਲ ਠੀਕ ਹੈ ਸਭ ਤੋਂ ਪਹਿਲੇ ਤੈਨੂੰ ਪਾਵਾਂਗੇ ਏਸੀ ਲੰਮੇ, ਠੀਕ ਹੈ ਚੱਲ ਸੁੰਘ ਲੈ ਚੱਲ ਬਸ ਠੀਕ ਹੈ, ਅਤੇ ਡੈਡੀ ਜੀ ਵਧਾਈਆਂ ਬਣ ਗਈਆਂ ਏਸੀ ਆਉਣ ਲੱਗਾ ਸਾਡਾ, ਅਤੇ ਕਹਿਤਾ ਵਾ ਕਿੰਨੇ ਚਿਰ ਤੱਕ, 7 ਵਜੇ ਤੱਕ ਆਏ ਨਾ, ਕਿੰਨੇ ਟਾਈਮ ਹੋਇਆ, 5:30, ਅਤੇ ਆਪਣਾ ਏਸੀ ਆ ਚੱਲਾ, ਫਿਟਿੰਗ ਕਦੋਂ ਹੋਣੀ ਹੈ, ਫਿਟਿੰਗ ਸੰਡੇ ਆਏਗੀ, ਐਤਵਾਰ, ਵਾਹ ਠੀਕ ਆ, ਚਲੋ ਆਰਾਮ ਨਾਲ ਸੋਵਾਂਗੇ, ਪਿਛਲੀ ਗਰਮੀਆਂ ਬਹੁਤ ਔਖੀ ਕੱਟੀ, ਬਹੁਤ ਜ਼ਿਆਦਾ ਔਖੀ ਕੱਟੀ, ਹੁੰਦਾ ਸੀ ਕੋਈ ਜਿਹਨੂੰ ਗਰਮੀ ਤੋਂ ਦਿੱਕਤ ਬਹੁਤ ਹੁੰਦੀ, ਅਤੇ ਇੱਥੇ ਨਹੀਂ ਸੀ ਆਉਂਦਾ, ਗਰਮੀ ਬੜੀ ਹੈ ਮੈਂ ਨਹੀਂ ਆਉਣਾ, ਮੇਰੇ ਕੋਲ ਗਰਮੀ 'ਚ ਰਹਿ ਨਹੀਂ ਹੁੰਦਾ, ਆਉਂਦਾ ਸੀ ਮੈਂ ਨਹੀਂ ਕਹਿੰਦਾ ਆਉਂਦਾ ਨਹੀਂ ਸੀ, ਆਉਂਦਾ ਸੀ ਕੋਈ ਇਨਸਾਨ ਆਉਂਦਾ ਸੀ, ਇਹ ਵੀ ਨਹੀਂ ਗੱਲ ਕਿ ਨਹੀਂ ਹੀ ਆਉਂਦਾ, ਪਰ ਕਦੀ ਕਦੀ ਨਾ ਥੋੜ੍ਹੀਆਂ ਪਖੰਡ ਕਰਦਾ ਸੀਗਾ ਕਿ ਗਰਮੀ ਬੜੀ, ਮੇਰੇ ਕੋਲ ਗਰਮੀ 'ਚ ਰਹਿ ਨਹੀਂ ਹੁੰਦਾ, ਅਤੇ ਅਸੀਂ ਪਤਾ ਨਹੀਂ ਚੰਡੀਗੜ੍ਹ ਕਿੰਨੀ ਗਰਮੀ ਕੱਟੀ ਗਏ ਪਿੱਛੇ, ਚਲੋ ਛੱਡੋ ਬਾਕੀ ਯਾਦ ਬਹੁਤ ਆਉਂਦੀ ਹੈ, ਗੋਲੀ ਮਾਰੋ, ਅਤੇ ਮੇਰੀ ਗੱਲ ਸੁਣੋ, ਦੇ ਦਿਓ ਕੋਈ ਖਾਣ ਨੂੰ, ਬੜੀ ਭੁੱਖ ਲੱਗੀ ਜੇ, ਭੁੱਖ ਬੜੀ ਲੱਗੀ, ਚਲੋ ਯਾਰ ਕੋਈ ਨਹੀਂ ਠੀਕ ਹੈ, ਮੈਂ ਬਹੁਤ ਕੁਛ ਬੋਲਦਾ ਹੁੰਦਾ ਵਾ, ਬਹੁਤ ਰਿਪਲਾਈ ਪਾਉਂਦਾ ਹੁੰਦਾ, ਪਰ ਯਾਰ ਯਾਦਾਂ ਆਉਂਦੀਆਂ ਨੇ ਘੇਰ ਪਾਉਂਦੀਆਂ ਨੇ, ਇੱਦਾਂ ਹੀ ਗਾਣਾ ਇੱਦਾਂ ਹੀ ਯਾਦ, ਉਹ ਯਾਰ ਫੇਸ 'ਤੇ ਥੋੜ੍ਹੇ ਨਾ ਦੁੱਖ ਦਰਦ ਨਜ਼ਰ ਆਉਂਦੇ ਹੁੰਦੇ ਆ, ਉਹ ਤਾਂ ਦਿਲ 'ਚ ਚਲੋ ਬਈ ਆਪਣੀ ਆ ਜਗ੍ਹਾ ਫਾਈਨਲੀ ਭਰ ਜਾਊਗੀ, ਹੁਣ ਐਵੇਂ ਵਿਚਾਰਾ ਛਾਪਾ ਲਾਇਆ ਸੀ, ਮੈਂ ਤਾਂ ਮੁੰਡਿਆਂ ਨੂੰ ਮਜ਼ਾਕ ਕਰਦਾ ਹੁੰਦਾ ਸੀ, ਕਹਿੰਦੇ ਏਸੀ ਕਿੱਥੇ ਆ, ਮੈਂ ਕਿਹਾ ਲੱਗਾ ਹੋਇਆ ਤੁਸੀਂ ਅੰਨੇ ਤੁਹਾਨੂੰ ਨਹੀਂ ਨਜ਼ਰ ਆ ਰਿਹਾ, ਖੁਸ਼ ਜੇ ਹੁਣ ਕਿਉਂ, ਹੁਣ ਨਹੀਂ ਤੁਸੀਂ ਕਹਿ ਸਕਦੇ ਮੇਰਾ ਮੁੰਡਾ ਫਜ਼ੂਲ ਖਰਚੀ ਕਰਦਾ, ਹੁਣ ਨਹੀਂ ਤੁਸੀਂ ਕਹਿ ਸਕਦੇ, ਖੁਸ਼ ਜੇ ਹੈਂ, ਹੁਣ ਮੰਮੀ ਖੁਸ਼ ਆ, ਹੁਣ ਮੈਂ ਕੋਈ ਗਲਤ ਕੰਮ ਵੈਸੇ ਨਹੀਂ ਕਰਦਾ ਹੈਗਾ, ਅੱਗੇ ਵੀ ਨਹੀਂ ਕਰਦਾ ਯਾਰ ਵੈਸੇ, ਮੈਂ ਐਵੇਂ ਲੋਕਾਂ ਨੇ ਬਦਨਾਮ ਕਰਤਾ ਮੈਨੂੰ ਫਾਲਤੂ ਜੀ, ਅਤੇ ਬਾਕੀ ਏਸੀ ਆਪਣਾ ਆਏ ਨਾ ਆਪਾਂ ਆਰਾਮ ਨਾਲ, ਮੈਂ ਉਸਤਾਦ ਜੀ ਇੱਥੇ ਗੇਮ ਲੈ ਆਉਣੀ, ਆਪਾਂ ਪਲੇਅ ਸਟੇਸ਼ਨ ਲੈਣਾ, ਲਿਆਉਣਾ ਵੈਸੇ ਮੈਂ ਚੰਡੀਗੜ੍ਹ ਵੀ ਸੀਗਾ ਪਰ ਮੈਂ ਹੁਣ ਇੱਥੇ ਲੈ ਆਊਂਗਾ, ਠੀਕ ਹੈ ਏਸੀ ਲਾ ਕੇ ਪਲੇਅ ਸਟੇਸ਼ਨ ਲਾ ਕੇ ਚੁੱਪ ਕਰਕੇ ਇੱਥੇ ਪੈ ਜਾਏਗਾ ਨਾ ਲੰਮੇ, ਨਾ ਬਾਹਰ ਜਾਣਾ ਨਾ ਆਉਣਾ, ਬਸ ਗੱਲ ਖਤਮ, ਫੋਨ ਲਾ ਦੇਣਾ ਏਅਰਪਲੇਨ ਮੋਡ 'ਤੇ, ਮੰਮੀ ਲਾ ਕੇ ਬਹਿ ਜਾ ਕਰੀ, ਮੰਮੀ ਨੂੰ ਇੱਕ ਰਿਮੋਟ ਫੜਾ ਦਿਆ ਕਰਨਾ, ਇੱਕ ਰਿਮੋਟ ਮੈਂ ਦੂਜੇ ਮੰਮੀ ਦੇ ਫੋਨ ਹੱਥ 'ਚ, ਰਿਮੋਟ ਇੱਕ ਰਿਮੋਟ ਮੇਰੇ ਹੱਥ 'ਚ, ਠੀਕ ਹੈ ਬਾਕੀ ਬਸ ਹੁਣ ਆਪਣਾ ਏਸੀ ਆ ਜੇ, ਹੁਣ ਅਗਲਾ ਵਲੌਗ ਉਹਦੇ ਬਣਾਉਣੇ, ਹੁਣ ਅਸੀਂ ਕੀ ਖਾਣ ਲੱਗੇ ਹਾਂ, ਤੈਨੂੰ ਪਹਿਲਾਂ ਰੋਟੀ ਦੇਵਾਂਗੇ, ਪਹਿਲੇ ਰੋਟੀ ਖਾਵਾਂਗਾ, ਫਿਰ ਮੈਂ ਪੀਜ਼ਾ ਖਾਵਾਂਗਾ, ਫਿਰ ਮੈਂ ਡਾਇਟ ਖਾਵਾਂਗਾ, ਫਿਰ ਮੈਂ ਸ਼ੇਕ ਪੀਵਾਂਗਾ, ਈਚ ਐਂਡ ਐਵਰੀਥਿੰਗ, ਠੀਕ ਹੈ ਅੱਜ ਮੈਂ ਜਿੰਮ ਨਹੀਂ ਗਿਆ ਯਾਰ, ਮੈਂ 3-4 ਦਿਨ ਹੋ ਗਏ ਮੈਂ ਜਿੰਮ ਨਹੀਂ ਲਾਉਂਦਾ ਚੱਜ ਨਾਲ, ਅਤੇ ਲੋਕ ਕਹਿੰਦੇ ਆ ਮੈਨੂੰ ਸਨੈਪਚੈਟ 'ਤੇ ਕਿਸੇ ਵੀਰ ਦਾ ਮੈਸੇਜ ਆਇਆ ਤੁਸੀਂ ਜਿੰਮ ਛੱਡਤੀ, ਮੈਂ ਯਾਰ ਪਤਾ ਨਹੀਂ ਮੈਂ ਪਤਾ ਕੀ ਹੁੰਦਾ ਯਾਰ, ਮੈਂ ਤੁਹਾਨੂੰ ਦੱਸਦਾ ਮੈਂ ਕਦੀ ਕਦੀ ਖੁਸ਼ ਰਹਿਣਾ ਸ਼ੁਰੂ ਕਰ ਦਿੰਦਾ, ਕਦੀ ਕਦੀ ਮੈਂ ਫਿਰ ਮੁਰਝਾ ਜਾਂਦਾ ਫੁੱਲ ਵਾਂਗੂ, ਠੀਕ ਹੈ ਤੁਹਾਨੂੰ ਪਤਾ ਹੀ ਯਾਰ ਦੁੱਖ ਬੜੇ ਸਾਡੀ ਜ਼ਿੰਦਗੀ 'ਚ, ਚਲੋ ਛੱਡੋ ਯਾਰ, ਅਤੇ ਬਣਾ ਦਿਓ ਫਿਰ ਰੋਟੀ ਮੀ।
ਚੰਗਾ ਜੀ। ਉਹ ਵੀ ਆਪਾਂ ਮੰਗਾਇਆ ਪੀਜ਼ਾ ਆਪਣੇ ਏਸੀ ਦੀ ਖੁਸ਼ੀ 'ਚ। ਏਸੀ ਆਉਣਾ ਕਦੋਂ ਇਹ ਦੱਸੋ ਮੈਨੂੰ। ਸ਼ਾਮ ਨੂੰ ਆ ਜਾਣਾ। ਅਰੇ ਵੈ ਧਿਆਨ ਰੱਖਣੇ ਆਪਾਂ ਕੈਮਰੇ 'ਚ, ਕੈਮਰਾ ਵਿਚਾਰਾ ਮਸਾਂ ਹੀ ਚੱਲਿਆ ਵਾ, ਮਸਾਂ ਹੀ ਹੈ ਨਾ। ਇਹਨੂੰ ਵੀ ਕਰਾ ਲਓ ਠੀਕ, ਹੁਣ ਟਾਈਮ ਪਾ ਕੇ। ਇਹ ਵੀ ਕਹਿਤਾ ਹੋਇਆ ਲੱਗ ਜਾਣਗੇ। ਮੈਂ ਤੁਹਾਨੂੰ ਪਤਾ ਓਲ ਟਾਈਮ ਫੇਵਰੇਟ ਪਨੀਰ ਵਾਲਾ ਪੀਜ਼ਾ, ਠੀਕ ਹੈ। ਮੰਮੀ ਕਹਿੰਦੇ ਦੋ ਪੀਜ਼ੇ ਮੰਗਾਏ ਤੇ ਆਓ ਪਨੀਰ ਪਨੀਰ ਕਰ ਦੇਣਾ। ਦੋ ਪੀਜ਼ੇ ਮੰਗਾਏ ਆ, ਠੀਕ ਹੈ। ਮੰਮੀ ਨੇ ਕਿੰਨੇ, ਦੋ ਕੁ ਪੀਸ ਤੁਸੀਂ ਖਾਣੇ ਵਿਚਾਰੇ ਹੈ ਨਾ, ਤਿੰਨ ਕੁ ਪੀਸ ਖਾ ਲਓਗੇ? ਚਾਰ ਖਾ ਲਓਗੇ, ਸਹੀ ਗੱਲ। ਚਲੋ ਬਾਕੀ ਤਾਂ ਆਪਾਂ ਖਾ ਹੀ ਜਾਣਾ ਵਾ। ਮੇਰਾ ਨਾ ਗਲਾ ਖਰਾਬ ਹੋਇਆ ਪਿਆ ਵਾ, ਪਰਹੇਜ ਮੈਂ ਕਰਦਾ ਨਹੀਂ ਪਿਆ, ਪਰ ਮੈਂ ਆ ਪੀਜ਼ਾ ਖਾ ਕੇ ਦਵਾਈ ਖਾ ਕੇ ਉਹ ਤੋਂ ਬਾਅਦ ਕੁਛ ਨਹੀਂ ਗੰਦ ਮੰਦ ਖਾਣਾ ਬਾਹਰ ਦਾ, ਠੀਕ ਹੈ। ਖਾਈਏ, ਚਲੋ ਹੁਣ ਆਪਾਂ ਖਾਣ ਲੱਗੇ ਹਾਂ। ਹੁਣ ਯਾਰ ਸਿੱਧਾ ਹੁਣ ਏ ਸੀ ਆਊਗਾ, ਫਿਰ ਟੇਕ ਲਵਾਂਗੇ। ਮੈਂ ਲੰਮੇ ਪੈ ਲੈਗਾ, ਬੜਾ ਹੀ ਥੱਕਿਆ ਸਵੇਰ ਦਾ। ਟੀਪੂ ਪਾ ਕੀ ਹਾਲ ਜੇ ਹੈ ਤੁਹਾਨੂੰ ਵੀ? ਆਪਣਾ ਏ ਸੀ ਆ ਗਿਆ, ਚਾਹ ਚਾਹ ਮਾੜੀ ਹੈਲਪ ਕਰਾ, ਪੜ ਜਾਓ ਮੈਂ ਜਾਂਦਾ ਹਾਂ। ਵਲੋਗ ਬੰਦ ਕਰੀਏ ਦੋ ਮਿੰਟ, ਹਲੇ ਹੁਣੀ ਆਏ ਤੇ ਸੀਗੇ। ਆਹ ਮੈਂ ਚੁਕਾਉਣ ਲੱਗਾ, ਤੂੰ ਬਣਾ ਵਲੋਗ, ਠੀਕ ਹੈ। ਆਹ ਫੋਨ ਆਉਂਦੇ ਕਿਸੇ ਦਾ, ਬਾਅਦ ਚੁੱਕਦੇ ਫੋਨ। ਪਹਿਲਵਾਨ ਸਾਡਾ ਜਗਾਊਗਾ, ਇਹ ਜ਼ਿਆਦਾ ਭਾਰਾ ਹੁੰਦਾ। ਚਲੋ ਲੈਟਸ ਗੋ। ਤੂੰ ਕੱਲੇ ਨੇ ਚੱਕ ਲੈਣਾ ਮੀਕੂ, ਦੱਸ ਜਾਨ ਨਿਕਲੀ ਉਹਦੀ, ਧਿਆਨ ਨਾਲ ਬੂਹਾ ਬੂਹਾ ਬੂਹਾ। ਦੋ ਵਾਰੀਆਂ ਚੱਕ ਕੇ ਆਇਆ, ਜਿਮ 'ਚ ਨਹੀਂ ਕਰੀ। ਚੱਲ ਚੱਲ ਰਹਿਣ ਦੇ, ਖਿੱਚ ਪਵਾਏਗਾ ਫਿਰ ਤੋਂ। ਹੁਣ ਨਹੀਂ ਪੈਂਦੀ ਫਿਰ ਖਿੱਚ, ਹੁਣ ਵਧੀਆ ਸਾਓ ਸਾਈ ਹੋ ਗਿਆ ਇਹਨੇ ਜੀ। ਯਾਰ ਸਾਓ ਸਾਈ ਤਾਂ ਬੰਦਾ ਹੋ ਹੀ ਜਾਂਦਾ। ਚਲੋ ਕਰੋ ਫਿਰ ਮੰਮੀ ਜੀ ਕਿਰਪਾ, ਹਲੇ ਬੰਦਾ ਵੀ ਬੁਲਾਉਣਾ ਪੈਣਾ ਜਿਹੜਾ ਲਾਊ। ਇਹ ਸੇਲਿੰਗ ਕਿਰਪਾ ਤਾਂ ਅਸੀਂ ਕਰਤੀ, ਇਹ ਵਾਲੀ ਕਿਰਪਾ ਮੰਮੀ ਕਰਾਂਗੇ। ਐ ਵੀ ਮਿੱਤਰਾ ਏ ਸੀ ਆ ਗਿਆ, ਦਿਖਾਓ ਜੀ ਮੰਮੀ ਤੁਹਾਡੇ, ਤੁਸੀਂ ਕਰੋ ਸਾਈਨ, ਮੈਂ ਵੀ ਮੈਂ ਕਰਦਾ ਪਹਿਲਾਂ। ਸ਼ੌਕੀਨ ਬੜਾ ਵਾ, ਪੱਖਾ ਥੱਲੇ ਦਾ, ਹੁਣ ਲੋਕਾਂ ਨੇ ਕਹਿਣਾ ਮਿਸਤਰੀ ਬਣ ਜਾ। ਚਲੋ
ਰੋਟੀ ਬਣਾਈ ਮੇਰੀ? ਹਾਂਜੀ। ਸਾਰੇ ਕਹਿੰਦੇ ਇਹ ਲੋਜ ਰੋਟੀ ਮੰਗ ਜਾਂਦਾ 24 ਘੰਟੇ ਖਾਈਦਾ ਪੀਦਾ ਵਾ। ਤੇ ਉਹ ਸੱਚ ਓਏ ਟੀ ਸ਼ਰਟ ਪੁੱਠੀ ਪਾਈ ਨਾ ਮੈਂ ਟੀ ਸ਼ਰਟ ਪੁੱਠੀ ਪਾਈ ਯਾਰ ਗਲਾ ਤੇ ਯਾਰ ਪੁੱਠੀ ਪੁੱਠੀ ਪਾ ਕੇ ਚੱਲ ਗਿਆ ਪੁੱਠੀ ਪਾ ਭੱਜਿਆ ਫਿਰਦਾ ਹੀ ਨਹੀਂ ਉਹ ਪਹਿਲੇ ਉਹ ਪਾਈ ਸੀ ਉੱਤੇ ਲਾ ਪੁੱਠੀ ਪਾ ਕੇ ਜਾਣ ਚੱਲ ਵਧੀਆ ਸੋਹਣੀ ਲੱਗਣ ਦੀ ਸੋਹਣੀ ਸਵਾਹ ਟੈਗ ਕਰਕੇ ਪਤਾ ਨਹੀਂ ਲੱਗਣ ਡਿਆ ਆ ਜਿਹੜਾ ਲੱਗਣ ਦੀ ਸਟicker ਸਟicker ਕਰਕੇ ਪਤਾ ਲੱਗਣ ਡਿਆ ਲਓ ਮਿੱਤਰੋ ਆਪਣਾ ਏਸੀ ਆ ਗਿਆ ਦਾ ਠੀਕ ਆ ਤੇ ਬਸ ਹੁਣ ਕਦੋਂ ਫਿੱਟ ਹੋਣਾ ਅੱਜ ਐਤਵਾਰ ਤੱਕ ਫਿੱਟ ਹੋ ਜਾਣਾ ਫਿਰ ਉਹਦਾ ਵਲੋਗ ਵੀ ਬਣਾਵਾਂਗੇ ਤੇ ਇੱਥੇ ਕਰਦੇ ਹਾਂ ਵਲੋਗ ਦਾ ਐਂਡ ਹਾਏ ਸਾਹ ਚੜ ਜਾਂਦਾ ਵਾਕਈ ਵਲੋਗ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਹੋਰ ਵੀ ਘੈਂਟ ਘੈਂਟ ਵਲੋਗ ਆਉਂਦੇ ਰਹਿਣਗੇ ਠੀਕ ਆ ਚੰਗਾ ਜੀ ਬਾਏ ਬਾਏ ਕਰਦੀ ਬਾਏ ਬਾਏ ਓਕੇ ਬਾਏ ਚੰਗਾ।